ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ 'ਤੇ, ਮੈਂ ਹਾਂ ਗਗਨਦੀਪ ਸਿੰਘ। ਤਾਂ ਇਸ ਵੇਲੇ ਦੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਣ ਪ੍ਰਚਾਰ ਦੇ ਵਿੱਚ ਸਾਰੇ ਹੀ ਲੀਡਰ ਇਸ ਵੇਲੇ ਚੋਣ ਕਰਦੇ ਹੋਏ, ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਉੱਥੇ ਹੀ ਸੁਖਪਾਲ ਖਹਿਰਾ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਅੱਜ ਇੱਕ ਤਸਵੀਰ ਅਜਿਹੀ ਦੇਖਣ ਨੂੰ ਮਿਲੀ ਜਿਸ ਨੇ ਜ਼ਰੂਰ ਇੱਕ ਚਰਚਾ ਦੀ ਗੱਲ ਛੇੜ ਦਿੱਤੀ ਹੈ, ਚਰਚਾ ਦਾ ਉਹ ਵਿਸ਼ਾ ਬਣ ਚੁੱਕੀ ਹੈ। ਤਾਂ ਸੁਖਪਾਲ ਖਹਿਰਾ ਚੋਣ ਪ੍ਰਚਾਰ ਕਰ ਰਹੇ ਸੀ, ਤਾਂ ਉਸ ਚੋਣ ਪ੍ਰਚਾਰ ਦੇ ਵਿੱਚ ਹੰਗਾਮਾ ਹੋਇਆ, ਹੰਗਾਮੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਦਰਅਸਲ ਪਟਿਆਲਾ ਤੋਂ ਸਿਮਰਨ ਮਹੰਤ ਹੈ, ਸਿਮਰਨ ਮਹੰਤ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਦੇ ਵਿੱਚ ਪਹੁੰਚ ਜਾਂਦੇ ਨੇ, ਔਰ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਜਦੋਂ ਮਾਈਕ ਦੇ ਉੱਤੇ ਗੱਲ ਕਹਿਣ ਨੂੰ ਕੁਛ ਜ਼ਿਕਰ ਕੀਤਾ ਜਾਂਦਾ, ਤਾਂ ਉੱਥੇ ਮਾਹੌਲ ਭੱਗ ਜਾਂਦਾ। ਜੋ ਸੁਖਪਾਲ ਖਹਿਰਾ ਦੇ ਸਪੋਰਟਰਸ ਨੇ, ਜੋ ਖਹਿਰਾ ਦੇ ਸਪੋਰਟਰਸ ਨੇ, ਕਾਂਗਰਸ ਦੇ ਸਪੋਰਟਰਸ ਨੇ, ਉਹਨਾਂ ਦੇ ਵੱਲੋਂ ਰੋਕਿਆ ਜਾਂਦਾ ਔਰ ਕਿਹਾ ਜਾਂਦਾ ਕਿ ਜਾਣ ਬੁੱਝ ਕੇ ਸਿਮਰਨ ਮਹੰਤ ਦੇ ਵੱਲੋਂ ਇੱਥੇ ਆ ਕੇ ਖਲਬੜੀ ਮਚਾਈ ਜਾ ਰਹੀ ਹੈ, ਇੱਥੇ ਜਾਣ ਬੁੱਝ ਕੇ ਆ ਕੇ ਉਹਨਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਜਾ ਰਿਹਾ। ਤਾਂ ਸਿਮਰਨ ਮਹੰਤ ਦੇ ਵੱਲੋਂ ਉੱਥੇ ਜਾ ਕੇ ਜੋ ਚੋਣ ਪ੍ਰਚਾਰ ਚੱਲ ਰਿਹਾ ਸੀ, ਖਾਸ ਤੌਰ ਦੇ ਉੱਤੇ ਉੱਥੋਂ ਦੇ ਇੱਕ ਸਰਪੰਚ ਦਾ ਨਾਮ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ, ਮਿੱਠੂ ਲੱਡਾ ਨਾਂ ਦੇ ਸਰਪੰਚ ਦਾ ਜ਼ਿਕਰ ਸਿਮਰਨ ਮਹੰਤ ਦੇ ਵੱਲੋਂ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਇਸ ਸਰਪੰਚ ਨੇ ਸਾਡੇ ਨਾਲ ਠੱਗੀ ਮਾਰੀ ਸੀ, 50 ਲੱਖ ਦੀ ਠੱਗੀ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ, ਔਰ ਕਹਿੰਦੇ ਕਿ ਪਰਚਾ ਵੀ ਇਸਦੇ ਉੱਪਰ ਦਰਜ ਹੋਇਆ ਹੋਇਆ, ਔਰ ਕਹਿ ਰਹੇ ਨੇ ਕਿ ਅਸੀਂ ਸੁਖਪਾਲ ਖਹਿਰਾ ਉਹਨਾਂ ਦੇ ਟੀਮ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਫੋਨ ਕੀਤੇ ਕਿ ਅਜਿਹੇ ਵਿਅਕਤੀਆਂ ਨੂੰ ਤੁਸੀਂ ਆਪਣੇ ਨਾਲ ਨਾ ਸ਼ਾਮਿਲ ਕਰੋ, ਆਪਣੇ ਨਾਲ ਨਾ ਲੈ ਕੇ ਚੱਲੋ। ਤਾਂ ਇਸੇ ਦਾ ਹੀ ਵਿਰੋਧ ਜਤਾਉਣ ਵਾਸਤੇ ਸਿਮਰਨ ਮਹੰਤੋਂ ਨਹੀਂ ਕਹਿੰਦੇ ਅਸੀਂ ਉੱਥੇ ਪਹੁੰਚੇ ਸੀ, ਪਰ ਉੱਥੇ ਕੁਛ ਸਮਰਥਕਾਂ ਦੇ ਵੱਲੋਂ, ਕਾਂਗਰਸ ਦੇ ਸਮਰਥਕਾਂ ਦੇ ਵੱਲੋਂ ਔਰ ਮਿੱਠੂ ਲੱਡਾ ਦੇ ਸਮਰਥਕਾਂ ਦੇ ਵੱਲੋਂ ਕਹਿੰਦੇ ਕਿ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ, ਸਾਡੇ ਨਾਲ ਹੱਥੋਂ ਪਾਈ ਤੱਕ ਦੀ ਜਿਹੜੀ ਹੈ ਉਹ ਨੌਬਤ ਉੱਥੇ ਆ ਗਈ, ਔਰ ਸਿਮਰਨ ਮਹੰਤ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਨਾਲ ਠੱਗੀ ਦਾ ਇਹ ਮਾਮਲਾ ਸੀ, ਠੱਗੀ ਦਾ ਮਾਮਲਾ ਸੀ। ਪਰ ਸੁਖਪਾਲ ਖਹਿਰਾ ਜੋ ਪ੍ਰਚਾਰ ਕਰ ਰਹੇ ਸੀ, ਜਿਹੜਾ ਪ੍ਰਚਾਰ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ, ਉਹ ਜਿਸ ਵਿਅਕਤੀ ਦੇ ਨਾਲ ਕੀਤਾ ਜਾ ਰਿਹਾ ਸੀ, ਉਸ ਦੇ ਵਿਅਕਤੀ ਦੇ ਨਾਲ ਸਿਮਰਨ ਮਹੰਤ ਉਹਨਾਂ ਨੂੰ ਇਤਰਾਜ਼ ਸੀ। ਤਾਂ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਮਾਈਕ ਦੇ ਉੱਤੇ ਗੱਲ ਕਹਿਣ ਦੇ ਵਾਸਤੇ ਅਪੀਲ ਕੀਤੀ ਗਈ, ਮਾਈਕ ਹਾਲਾਂਕਿ ਕਿਹਾ ਕਿ ਜੋ ਕਾਂਗਰਸ ਦੇ ਸਪੋਰਟਰ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਾਈਕ ਹੋਣ ਤੱਕ ਦੀ ਕੋਸ਼ਿਸ਼ਾਂ ਕੀਤੀਆਂ ਨੇ, ਔਰ ਨਾਲ ਹੀ ਕਹਿੰਦੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਉਹਨਾਂ ਦੇ ਖਲਬਲੀ ਮਚਾਈ ਹੈ, ਇਹ ਕਹਿਣਾ ਕਾਂਗਰਸ ਦੇ ਸਪੋਰਟਰਾਂ ਦਾ। ਤਾਂ ਇੱਕ ਵਾਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਅਕਸਰ ਦਰਅਸਲ ਹੋਇਆ ਕਿ ਉੱਥੇ ਕਿਸ ਤਰੀਕੇ ਦੇ ਨਾਲ ਜੋ ਸਿਮਰਨ ਮਹੰਤ ਉੱਥੇ ਪਹੁੰਚਦੀ ਹੈ, ਔਰ ਉਸ ਤੋਂ ਬਾਅਦ ਕਿਵੇਂ ਆਪਸ ਦੇ ਵਿੱਚ ਸਪੋਰਟਰਸ ਅਤੇ ਇਹਨਾਂ ਦਾ ਆਪਸ ਦੇ ਵਿੱਚ ਤਕਰਾਰ ਹੁੰਦਾ, ਔਰ ਉਸ ਤੋਂ ਬਾਅਦ ਮਾਮਲਾ ਕੀ ਬਣ ਜਾਂਦਾ। ਇੱਕ ਵਾਰ ਪਹਿਲਾਂ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ, ਔਰ ਉਸ ਤੋਂ ਬਾਅਦ ਸਿਮਰਨ ਮਹੰਤ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਪਿੰਡ ਗਏ ਸੀਗੇ, ਉੱਥੇ ਐਮ ਪੀ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ਪ੍ਰੋਗਰਾਮ ਸੀਗਾ ਅਤੇ ਵੀਡੀਓ ਵਾਇਰਲ ਹੋਈ ਹੈ, ਹੱਥੋਂ ਪਾਈ ਹੋਈ ਹੈ, ਮਾਈਕ ਦੀ ਜਿਹੜੀ ਗੱਲ ਚੱਲ ਰਹੀ ਸੀ ਤੁਸੀਂ ਖੋਇਆ, ਕੀ ਗੱਲ ਸੀ? ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਿਮਰਨ ਮਹੰਤ ਪਟਿਆਲੇ ਤੋਂ, ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉੱਥੇ
ਸ਼ੈਤਾਨ ਜਿਹੜਾ ਮਿੱਠੂ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ, ਉਹਨੇ ਅੱਜ ਉੱਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ। ਸੋ ਸੁਖਪਾਲ ਖਹਿਰਾ ਜੀ ਨੂੰ ਦੇ ਨਾਲ ਮੇਰਾ ਕੋਈ ਇਸ ਤਰ੍ਹਾਂ ਦਾ ਕੋਈ ਲਾਗ ਲਗਾਉਣ ਨਹੀਂ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸੁਖਪਾਲ ਖਹਿਰਾ ਜੀ ਨੂੰ ਕੁਛ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਸਾਡੇ ਫੋਨ ਨਹੀਂ ਚੱਕੇ। ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ, ਜਿਹਦਾ ਪਰਚਾ ਵੀ ਇਹਦੇ ਉੱਤੇ ਦਰਜ ਹੈ ਮਿੱਠੂ ਲੱਡੇ ਦੇ ਉੱਤੇ, ਵੀ ਇਸ ਬੰਦੇ ਨੂੰ ਤੁਸੀਂ ਇੰਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ। LGBTQ ਜਿੰਨੀ ਵੀ ਹੈ ਸਾਡੀ, ਉਹਦੇ ਨਾਲ ਇਹਨੇ ਧੱਕਾ ਕੀਤਾ। ਇਕੱਲਾ ਇਹ ਮੇਰੇ ਨਾਲ ਧੱਕਾ ਨਹੀਂ ਹੈ, ਇਹ ਤਾਂ ਸਾਡੀ ਕਮਿਊਨਿਟੀ ਨੇ ਲੋਕਾਂ ਨੂੰ ਸਾਰਾ ਹਰੇਕ ਕੋਈ ਯੂਜ਼ ਕਰਕੇ ਚਲਾ ਜਾਵੇ। ਅਤੇ ਮਿੱਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ, ਇਹ ਸੁਖਪਾਲ ਖਹਿਰਾ ਜੀ ਨੇ, ਮੈਂ ਇਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ, ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ ਕੈਟਾਗਰੀ ਦਾ ਬੰਦਾ, ਤੁਸੀਂ ਇਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ। ਮੈਂ ਤਾਂ ਅਸੀਂ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਕੋਈ ਗੱਲ ਨਹੀਂ ਕੀਤੀ। ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ, ਅਤੇ ਅਸੀਂ ਤਾੜੀਆਂ ਤੂੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ, ਠੀਕ ਹੈ। ਅਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਹੈ, ਤਾੜੀ ਤਾਂ ਅਸੀਂ ਹਰ ਪਾਸੇ ਮਾਰਦੇ ਹਾਂ। ਤਾੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ, ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ, ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੀ। ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ, ਸੁਖਪਾਲ ਖਹਿਰਾ ਜੀ ਇੰਨੇ ਅੱਛੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਨੇ, ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇੰਸੀਡੈਂਟਸ ਹੋ ਗਿਆ, ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ, ਕਰਨਾ ਦਾ ਆਪਣਾ ਕੋਈ ਨਾ ਕੋਈ ਆਪਣਾ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਇਹ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ, ਦੁੱਖਾਂ ਨੂੰ ਸੁਣਨਾ। ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ, ਉਲਟਾ ਮਿੱਠੂ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਜੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ, ਮਿੱਠੂ ਨੇ ਗੁੰਡਾ ਟਾਈਪ ਦੀਆਂ ਕੁਛ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਅਤੇ ਆਪਣੇ ਗੁੰਡੇ ਵੀ ਬੁਲਾਏ ਸੀ, ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ। ਉੱਥੋਂ ਮੇਰੇ ਚੇਲਿਆਂ ਨੇ ਉੱਥੋਂ ਭੱਜ ਕੇ ਜਾਨ ਬਚਾਈ ਹੈ। ਸੋ ਇਹ ਬਹੁਤ ਗਲਤ ਗੱਲ ਹੈ ਜਿਹੜੇ ਇਹ ਲੀਡਰਸ ਇਸ ਤਰ੍ਹਾਂ ਦੇ ਘਟੀਆ ਸਰਪੰਚ ਨੂੰ, ਜਿਹੜਾ ਕਿ ਇੰਨਾ ਸ਼ਰੇਆਮ ਗੁੰਡਾਗਰਦੀ ਇਹ ਕਰ ਰਹੇ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆ ਲੋਕਾਂ ਨੂੰ ਇਹ ਪ੍ਰਮੋਟ ਕਰਦੇ ਨੇ, ਇਹ ਬਹੁਤ ਗਲਤ ਗੱਲ ਹੈ। ਇਸ ਤਰ੍ਹਾਂ ਦੇ ਤੁਸੀਂ ਕੰਮ ਕਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਵਿਨਰ ਨਹੀਂ ਹੋ ਸਕਦੇ, ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ, ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ। ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਲੋਕ ਮਿੱਠੂ ਲੱਡੇ ਦੇ ਕਹਿਣ 'ਤੇ ਇੰਨੇ ਘਟੀਆ ਸਰਪੰਚ ਹੋਣ, ਜਿਹਨੇ ਸਾਡੇ ਕਿੰਨਰ ਲੋਕਾਂ ਨਾਲ, ਜਿਹਨੂੰ ਸਾਡੇ ਕਿੰਨਰਾਂ ਦਾ ਇੰਨਾ ਸਮਾਜ ਦੇ ਵਿੱਚ ਸਤਿਕਾਰ ਲੋਕ ਕਰਦੇ ਨੇ, ਉਹਨਾਂ ਨਾਲ ਧੋਖਾ ਕੀਤਾ, ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲੈ ਕੇ ਗਏ, ਜਿਹਦਾ ਪਰਚਾ ਵੀ ਦਰਜ ਹੈ, ਇਹੋ ਜਿਹੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਹੋ, ਤੁਹਾਡਾ ਵੀ ਕੱਖ ਨਹੀਂ ਬਚੇਗਾ। ਅੱਜ ਮੇਰੀ ਇਹ ਬਦਦੁਆਵਾਂ ਨੇ ਸਾਰਿਆਂ ਨੂੰ ਜਿਹੜੇ ਕਿ ਜਿਹੜੇ ਮਿੱਠੂ ਲੱਡੇ ਦੇ ਨਾਲ ਲੱਗਦੇ ਨੇ। ਤੁਸੀਂ ਪੁਲਿਸ ਕੋਲ ਵੀ ਕੰਪਲੇਂਟ ਕੀਤੀ ਇਸ ਚੀਜ਼ ਬਾਰੇ ਕਿ ਗਏ ਹੋ ਥਾਣੇ ਦੇ ਵਿੱਚ? ਹਾਂਜੀ, ਅਸੀਂ ਮੈਂ ਉੱਥੇ ਜਿਹੜਾ ਸੰਬੰਧਿਤ ਥਾਣਾ ਸੀ, ਅਸੀਂ ਉੱਥੇ ਵੀ ਕੰਪਲੇਂਟ ਕੀਤੀ ਇਸ ਗੱਲ ਦੀ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੁੱਲੜਬਾਜ਼ੀ ਕੀਤੀ ਹੈ, ਵੀਡੀਓਜ਼ ਵੀ ਵਾਇਰਲ ਹੋਈਆਂ, ਇਹਨਾਂ ਨੇ ਮੇਰੇ ਚੇਲਿਆਂ ਨੂੰ ਵੀ ਕੁੱਟਮਾਰ ਕੀਤੀ ਹੈ ਔਰ ਉਹਨਾਂ ਦੇ ਕੱਪੜੇ ਵੀ ਫਾੜੇ ਨੇ ਔਰ ਉਹਨਾਂ ਦੇ ਗੁਪਤ ਅੰਗਾਂ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੈ ਔਰ ਉਹਨਾਂ ਦੇ ਗੁਪਤ ਅੰਗਾਂ ਨਾਲ ਵੀ ਇਹਨਾਂ ਨੇ ਬਹੁਤ ਗਲਤ, ਮੈਂ ਜੋ ਇੱਥੇ ਬਿਆਨ ਨਹੀਂ ਕਰ ਸਕਦੀ, ਉਹ ਇਹਨਾਂ ਨੇ ਸਲੋਕ ਉੱਥੇ ਇਕੱਠ ਦੇ ਵਿੱਚ ਕੀਤਾ, ਉਹਨਾਂ ਦੇ ਕੱਪੜੇ ਤੱਕ ਵੀ ਫਾੜੇ ਨੇ ਮੇਰੇ ਚੇਲਿਆਂ ਦੇ ਔਰ ਇਹ ਬਹੁਤ ਗਲਤ ਗੱਲ ਹੈ। ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਜੇ ਤੁਸੀਂ ਅੱਛੇ ਲੀਡਰ ਹੋ, ਪਰਮਾਤਮਾ ਤੁਹਾਨੂੰ ਰਾਜ਼ੀ ਰੱਖੇ, CM ਸਾਹਿਬ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੋ ਅੱਜ ਮੇਰੇ ਨਾਲ ਮਿਸਬਿਹੇਵ ਹੋਇਆ ਕਿ ਮੈਂ ਆਪਣਾ ਉੱਥੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ, ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਚੇਲਿਆਂ ਨਾਲ ਹੋਈ ਹੈ, ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਿਮਰਨ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸੁਖਪਾਲ ਖਹਿਰਾ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ, ਜਿਹਦਾ ਪਰਚਾ ਵੀ ਇਹਦੇ ਉੱਤੇ ਦਰਜ ਹੈ ਮਿੱਠੂ ਲੱਡੇ ਦੇ ਉੱਤੇ, ਵੀ